ਲੁਧਿਆਣਾ ਦੇ ਬੀਏਯੂ ਵਿਖੇ ਐਮਐਸ ਰੰਧਾਵਾ ਆਰਟ ਗੈਲਰੀ ਦੇ ਵਿੱਚ ਇੱਕ ਪੇਂਟਿੰਗ ਐਗਜ਼ੀਬਿਸ਼ਨ ਦਾ ਆਗਾਜ਼ ਕੀਤਾ ਗਿਆ ਜਿਸ ਵਿੱਚ ਗੋਪੀ ਵਰਮਾ ਵੱਲੋਂ ਬਣਾਈਆਂ ਹੋਈਆਂ ਪੇਂਟਿੰਗਸ ਦੀ ਪੇਸ਼ਕਾਰੀ ਅਤੇ ਐਗਜ਼ੀਬਿਸ਼ਨ ਲਗਾਈ ਗਈ। ਨਮਸਕਾਰ ਜੀ, ਮੈਂ ਵਿਮਲ ਵਰਮਾ ਜਲੰਧਰ ਤੋਂ। ਅੱਜ ਇਸ ਜਗ੍ਹਾ ਤੇ ਗੋਪੀ ਵਰਮਾ ਨੇ ਐਗਜ਼ੀਬਿਸ਼ਨ ਲਗਾਈ ਹੋਈ ਆ ਜੋ ਕਿ ਬਹੁਤ ਹੀ ਪਿਆਰਾ ਕੰਮ ਕੀਤਾ ਔਰ ਇਹ ਕਾਫੀ ਲੰਬੇ ਟਾਈਮ ਤੋਂ ਤਕਰੀਬਨ 16-17 ਸਾਲ ਤੋਂ ਲਗਾਤਾਰ ਮਿਹਨਤ ਕਰ ਰਿਹਾ। ਉਹ ਮਿਹਨਤ ਦਾ ਨਤੀਜਾ ਆ ਕਿ ਅੱਜ ਐਗਜ਼ੀਬਿਸ਼ਨ ਦੇਖਣ ਵਾਲੇ ਲੋਕ ਇਸ ਚੀਜ਼ ਦਾ ਬਹੁਤ ਆਨੰਦ ਮਾਣ ਰਹੇ ਆ। ਤੇ ਗੋਪੀ ਵਰਮਾ ਜੀ ਇਸ ਐਗਜ਼ੀਬਿਸ਼ਨ ਤੋਂ ਬਾਅਦ ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਫਿਰ ਦਿੱਲੀ ਐਗਜ਼ੀਬਿਸ਼ਨ ਕਰਨ ਦੀ ਵੀ ਤਿਆਰੀ ਦੇ ਵਿੱਚ ਆ ਤੇ ਸਾਡਾ ਸਾਰੇ ਲੋਕਾਂ ਦਾ ਪਿਆਰ ਗੋਪੀ ਵਰਮਾ ਦੇ ਨਾਲ ਆ ਤੇ ਗੋਪੀ ਵਰਮਾ ਆਉਣ ਵਾਲੇ ਟਾਈਮ 'ਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗੀ। ਹੈਲੋ ਦੋਸਤੋ, ਮੇਰਾ ਨਾਮ ਆਰਤੀ ਹੈ ਔਰ ਮੇਰਾ ਨਾਮ ਰੂਪਾ ਹੈ। ਯਹਾਂ ਪੇ ਹਮ ਆਏ ਐਗਜ਼ੀਬਿਸ਼ਨ ਗੋਪੀ ਵਰਮਾ ਕੀ, ਐਮਐਸ ਰੰਧਾਵਾ ਆਰਟ ਗੈਲਰੀ ਪੀਏਯੂ ਮੇ ਯਹਾਂ ਪੇ ਇਨਕੀ ਐਗਜ਼ੀਬਿਸ਼ਨ ਹੈ, 4 ਦਿਨ ਕੀ ਐਗਜ਼ੀਬਿਸ਼ਨ। ਔਰ ਇਹ ਐਗਜ਼ੀਬਿਸ਼ਨ ਦੇਖ ਕੇ ਹਮੇ ਬਹੁਤ ਮਜ਼ਾ ਆ ਰਹਾ ਹੈ। ਇਨਕਾ ਵਰਕ, ਰਿਅਲਿਸਟਿਕ ਵਰਕ, ਪੇਂਟਿੰਗ ਕੀ ਜੋ ਡੈਪਨੈਸ ਹੈ ਵੋ ਐਕਚੁਲੀ ਮੇ ਜੋ ਦੇਖਣੇ ਕੋ ਮਿਲਤੀ ਹੈ ਲੁਧਿਆਣਾ ਮੇ ਬਹੁਤ ਹੀ ਕਮ। ਔਰ ਇਹ ਲੁਧਿਆਣਾ ਕੇ ਫੇਮਸ ਆਰਟਿਸਟ ਮੇ ਸੇ ਆਈ ਥਿੰਕ ਇਹ ਹੈ ਔਰ ਇਨਕਾ ਵਰਕ ਦੇਖ ਕੇ ਹਮ ਲੋਕ ਖੁਦ ਇੰਸਪਾਇਰ ਹੋਤੇ ਹੈ। ਮੈਂ ਖੁਦ ਵੀ ਆਰਟਿਸਟ ਹੂੰ ਔਰ ਇਹ ਵੀ ਆਰਟਿਸਟ ਹੈ। ਹਮ ਜਬ ਇਨਕਾ ਵਰਕ ਦੇਖਤੇ ਹੈ ਨਾ ਤੋ ਵੋ ਉਸ ਆਰਟ ਕੀ ਸਾਧਨਾ ਕੋ ਦੇਖਤੇ ਹੈ ਜੋ ਇਤਨੇ ਸਾਲੋਂ ਸੇ ਕਰੀ ਹੋਈ ਹੈ ਉਨ ਲੋਗੋ ਨੇ ਔਰ ਰੈਲੀ ਮੇ ਵੋ ਬਹੁਤ ਹੀ ਅੱਛੇ ਆਰਟਿਸਟ ਹੈ। ਕੈਮਰਾਮੈਨ ਰਾਹੁਲ ਕਸ਼ਯਪ ਨਾਲ ਕਿਰਨਪ੍ਰੀਤ ਕੌਰ ਦੀ ਰਿਪੋਰਟ, ਲੁਧਿਆਣਾ ਲਾਈਵ।